ਜਾ ਸੰਤਾਂ ਦੀ ਕਿਸਮਤ ਵਾਲੀਆਂ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਮੁਕੱਦਰ ਤੇਰਾ ਬੜਾ ਤੇਜ ਆ, ਬਾਹਰਲੇ ਦੇਸ਼ਾਂ ਨੂੰ ਜਾਏਂਗੀ, ਹਵਾਈ ਜਹਾਜ਼ਾਂ ਦੀ ਸੈਰ ਕਰੇਂਗੀ, ਮਾਪਿਆਂ ਨੂੰ ਸੁੱਖ ਦੇਂਗੀ, ਨੋਟਾਂ ਦਾ ਬਿਸਤਰਾ ਵਿਛਾ ਕੇ ਸੋਇਆ ਕਰੇਂਗੀ, 500 ਦੇ ਨੋਟਾਂ ਦਾ ਲਵਾ ਦਈਏ ਸਰਾਣਾ, ਤੈਨੂੰ ਇੱਕ ਬਚਨ ਕਰਕੇ ਜਾਣਾ, ਬੋਲ ਬਚਨ ਕਰ ਦਈਏ, ਗੁੱਸਾ ਤਾਂ ਨਹੀਂ ਕਰੇਂਗੀ? ਓ ਹੈਲੋ, ਤੁਸੀਂ ਕੌਣ ਬੋਲ ਰਹੇ ਹੋ? ਬੁੱਲਾ ਕੀ ਜਾਣਾ ਮੈਂ ਕੌਣ ਆ, ਜੋਗੀਆਂ ਫਕੀਰਾਂ ਦਾ ਕੋਈ ਨਾਂ ਨਹੀਂ ਹੁੰਦਾ ਚੇਲੀਏ, ਨਾ ਮੈਂ ਪੰਡਿਤ ਨਾ ਮੈਂ ਕਾਜੀ, ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ, ਬੰਦਾ ਸਾਰੀ ਉਮਰ ਮੈਂ ਕਰਦਾ ਮਰ ਜਾਂਦਾ, ਮੈਂ ਤਾਂ ਬੱਕਰੀਆਂ ਕਰਦੀਆਂ ਹੁੰਦੀਆਂ ਨੇ। ਆਹ ਚੇਲੀਏ, ਕੋਈ ਗੁੜ ਦਾ ਡਲਾ, ਕੋਈ ਦੁੱਧ ਦਾ ਪਲਾ ਤੇਰਾ ਕਰਦੀ ਹੈ, ਭਲਾ ਤੇਰੀ ਜੈ ਜੈਕਾਰ ਹੋ ਜਾਣੀ ਹੈ, ਤੈਨੂੰ ਦੇ ਦਈਏ ਗਿੱਦੜ ਸਿੰਘੀ, ਵਿੰਗ ਤੜਿੰਗੀ, ਹੱਥ ਜੋੜੀ, ਪ੍ਰੇਮ ਜੋੜੀ, ਸੁਰਗ ਬੂਟੀ, ਜਿਮਨੀ ਬੂਟੀ, ਦੇ ਦਈਏ ਫਿਰ ਮੰਨੇਗੀ ਬਾਬਿਆਂ ਨੂੰ? ਪਹਿਲਾਂ ਦੱਸੋ ਤੁਸੀਂ ਮੇਰਾ ਨੰਬਰ ਕਿੱਥੋਂ ਲਿਆ? ਗੁੱਸਾ ਖਾ ਗਈ ਲੱਗਦੀ ਹੈ ਚੇਲੀਏ, ਗੁੱਸਾ ਨਾ ਕਰ, ਗੁੱਸੇ ਤੋਂ ਤੈਨੂੰ ਵੀ ਜੰਤਰ ਦੇ ਕੇ ਜਾਵਾਂਗੇ 21 ਸਿੱਧਾਂ ਦਾ। ਲਾਲ ਖੰਮਣੀ ਨੂੰ 7.5 ਗੰਢਾਂ ਦੇ ਕੇ ਖੱਬੇ ਗੁੱਟਣਾ ਬੰਨਲੀ, 11.25 ਰੁਪਈਆਂ ਦੇ ਚੌਲ, 3 ਵੀਰਵਾਰ ਕੀੜਿਆਂ ਦੇ ਭੌਣ ਨੂੰ ਖਵਾਉਣ ਦਾ ਕਰਦੀ ਹੈ ਪ੍ਰਬੰਧ, ਤੇ ਤੈਨੂੰ ਗੁੱਸਾ ਆਉਣਾ ਹੋ ਜੇ ਬੰਦ ਫਿਰ ਮੰਨੇਗੀ ਬਾਬਿਆਂ ਨੂੰ? ਇੱਕ ਹੋਰ ਤੈਨੂੰ ਰਾਜ ਦੀ ਗੱਲ ਦੱਸਦੀ ਹੈ, ਤੇਰੇ ਮਿਹਦੇ 'ਚ ਗਰਮੀਆਂ ਕੁੜੀਏ, ਅੰਬ ਦਾ ਚਾਰ, ਲਾਲ ਮਿਰਚ ਤੇ ਤੱਤੀ ਚਾਹ ਤੋਂ ਕਰ ਪਰਹੇਜ਼, ਤੇ ਮਿੱਠਾ ਰੱਖ ਥੋੜ੍ਹਾ ਜਿਹਾ ਤੇਜ਼, ਤੇ ਤੇਰਾ ਮਿਹਦਾ ਸਰਕਾਰੀ ਖਜ਼ਾਨੇ ਵਾਂਗੂ ਖਾਲੀ ਨਾ ਹੋ ਗਿਆ, ਮੈਨੂੰ ਫਕੀਰ ਨਾ ਕਹੀਂ। ਤੁਹਾਨੂੰ ਕਿਵੇਂ ਪਤਾ ਮੇਰੇ ਮਿਹਦੇ 'ਚ ਗਰਮੀ ਆ? ਬੱਚਾ ਬਾਬੇ ਸਭ ਜਾਣੀ ਜਾਣਨੇ, ਉੱਪਰੋਂ ਆਕਾਸ਼ਬਾਣੀ ਹੋ ਜਾਂਦੀ ਹੈ, ਕਿਸਮਤ ਵਾਲੀਆਂ ਭਾਗਾਂ ਵਾਲੀਆਂ, ਬਾਬਿਆਂ ਨੇ ਤੋੜਿਆ ਮੌਨ ਤੇ ਤੈਨੂੰ ਲਾ ਲਿਆ ਫੋਨ, ਮੰਗ ਲੈ ਜੋ ਮੰਗਣਾ ਬੱਚਾ, ਤੈਨੂੰ ਦੇ ਦਈਏ ਹੁਸਨ ਬੂਟੀ ਦਾ ਚੂਰਨ, ਤੜਕੇ ਉੱਠ ਕੇ ਨਿਰਣੇ ਕਾਲਜੇ ਸੱਜਰੇ ਪਾਣੀ ਨਾਲ ਇੱਕ ਚਮਚਾ ਲੈ ਲਈ, 11 ਦਿਨਾਂ 'ਚ ਤੇਰਾ ਰੰਗ ਛਿੱਲੇ ਹੋਏ ਟਮਾਟਰ ਵਰਗਾ ਨਿਕਲਿਆ ਹੋਊਗਾ, ਮੰਨੇਗੀ ਬਾਬਿਆਂ ਨੂੰ? ਚਲੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਂਦੀ ਹਾਂ, ਮੈਂ ਬਾਹਰਲੇ ਮੁਲਕ ਜਾਣਾ ਚਾਹੁੰਦੀ ਹਾਂ, ਤੁਸੀਂ ਉਹਦੇ ਲਈ ਕੁਛ ਕਰ ਸਕਦੇ ਹੋ? ਉਹਦਾ ਵੀ ਕਰ ਦਿਆਂਗੇ ਇਲਾਜ, ਸੁੱਖ ਲੱਗੂਗੀ, 125 ਰੁਪਈਆ, ਇੱਕ ਦਾਰੂ ਦੀ ਬੋਤਲ ਤੇ ਕਾਲੇ ਰੰਗ ਦੀ ਮੁਰਗੀ, ਤੇਰਾ ਬਾਹਰਲਾ ਕੰਮ ਵੀ ਕਰਾ ਦਿਆਂਗੇ ਫਤਿਹ, 18 ਕਿਸਮ ਦੇ ਸੱਪਾਂ ਦੇ ਸਿਰ ਦੀ ਹੱਡੀ ਭੋਰ ਕੇ ਬਣਾਇਆ ਹੋਇਆ ਸੁਰਮਾ ਦੇਵਾਂਗੇ, ਹਰੇਕ ਮੰਗਲਵਾਰ ਤੇ ਵੀਰਵਾਰ ਨੂੰ ਸੱਜੀ ਅੱਖ 'ਚ ਪਾ 2.25 ਸਲਾਈਆਂ, ਤੇਰਾ ਬੀਜਾ ਰੋਕਣ ਵਾਲੇ ਗ੍ਰਹਿ ਨੂੰ ਪਾ ਲਈਏ ਨੱਥ, ਤੇ ਪੂਰੇ 2 ਮਹੀਨੇ 21 ਦਿਨਾਂ ਬਾਅਦ ਤੇਰਾ ਪਵਾ ਦਈਏ ਜਹਾਜ਼ ਦੀ ਬਾਰੀ ਨੂੰ ਹੱਥ, ਫਿਰ ਮੰਨੇਗੀ ਬਾਬਿਆਂ ਨੂੰ? ਚਲੋ ਮੰਨ ਤਾਂ ਮੈਂ ਜਾਊਂਗੀ, ਪਰ ਉਹਦੇ ਲਈ ਮੈਨੂੰ ਕਰਨਾ ਕੀ ਪਊਗਾ? 125 ਰੁਪਏ ਦੀ ਸੁੱਖ ਲੱਗੂਗੀ, ਅੱਜ ਤੋਂ 2 ਮਹੀਨੇ 22 ਦਿਨਾਂ ਬਾਅਦ ਟੋਰਾਂਟੋ ਬੈਠੀ ਯਾਦ ਕਰੇਂਗੀ ਬਾਬਿਆਂ ਨੂੰ। ਪਰ ਬਾਬਾ ਜੀ ਮੈਨੂੰ ਗੱਲ ਦੱਸੋ, ਮੈਂ ਤੁਹਾਨੂੰ ਹੁਣੇ ਪੈਸੇ ਕਿਵੇਂ ਦੇ ਸਕਦੀ ਹਾਂ? ਕੋਈ ਨਾ ਚੇਲੀ, ਇਹਦਾ ਵੀ ਕਰ ਲਾਂਗੇ ਪ੍ਰਬੰਧ, ਬਾਬਿਆਂ ਦੇ ਮੋਬਾਈਲ ਫੋਨ 'ਚ ਬੈਲੈਂਸ ਪਵਾ ਦੇ, ਨਾਲੇ ਬਾਬਿਆਂ ਦੀ ਰਿੰਗਟੋਨ ਚੱਲ ਪੂ, ਨਾਲੇ 4 ਪੈਸੇ ਬਾਬਿਆਂ ਦੇ ਬੈਲੈਂਸ ਹੋ ਜਾਣਗੇ, ਬਾਬਿਆਂ ਦੀ ਹੋ ਜਾਣੀ ਹੈ, ਬਹਿ ਜਾ ਤੇਰੀ ਹੋ ਜਾਣੀ ਹੈ ਜੈ ਜੈਕਾਰ। ਪੈਸੇ ਦਾ ਮਾਣ ਨਹੀਂ ਕਰੀਦਾ ਕੁੜੀ, ਅੱਜ ਤੇਰੇ ਕੋਲੇ ਕੱਲ ਨੂੰ ਮੇਰੇ ਕੋਲੇ, ਨਾਲੇ ਬਾਬੇ ਨਾਨਕ ਨੇ ਵੀ ਕਹਿ ਤਾ ਖਾਵੋ ਖਰਚੋ ਰਲ ਮਿਲ, ਭਾਈ ਤੋਟ ਨਾ ਆਵੇ ਵੱਧ ਹੋ ਜਾਈ। ਚਲੋ ਠੀਕ ਹੈ, ਇੱਕ ਗੱਲ ਹੋਰ, ਮੈਂ ਨਾ ਲਵ ਮੈਰਿਜ ਕਰਾਉਣਾ ਚਾਹੁੰਦੀ ਹਾਂ, ਉਹਦੇ ਲਈ ਤੁਸੀਂ ਕੁਛ ਕਰ ਸਕਦੇ ਹੋ? 115 ਰੁਪਈਆ ਤੇ ਲਾਲ ਚੁੰਨੀ ਕਰਦੇ ਬਾਬਿਆਂ ਨੂੰ ਦਾਨ, ਇਹਦਾ ਵੀ ਕੱਢ ਲਾਂਗੇ, ਹੱਲ ਬਣ ਜੂ ਤੇਰੀ ਗੱਲ, ਤੈਨੂੰ ਦੇ ਦਈਏ ਪ੍ਰੇਮ ਬੂਟੀ, 16 ਕਿਸਮ ਦੀਆਂ ਸੱਪਣੀਆਂ ਦੀਆਂ ਜੀਭਾਂ ਨੂੰ ਕੇਸਰ ਤੇ ਸੰਧੂਰ 'ਚ ਰਗੜ ਕੇ ਬਣਾਇਆ ਹੋਇਆ ਚੂਰਨ ਦੇਵਾਂਗੇ, 125 ਸਿਰਾਣੇ ਦੇ ਸੱਜੇ ਪਾਸੇ ਰੱਖ ਕੇ ਸੌਂ ਜਾ ਕਰੀ, ਪ੍ਰੇਮ ਬੂਟੀ ਦਾ ਇੱਕ ਪੱਤਾ ਵਾਲ ਬਹੁੰਦੀ ਬਹੁੰਦੀ ਸਿਰ ਤੋਂ ਵਾਰ ਕੇ ਅੱਗ 'ਚ ਸਾੜ ਦੀ, ਤੇਰੇ ਵਿਰੋਧੀਆਂ ਦੇ ਮੂੰਹ ਹੋ ਜਾਣਗੇ ਬੰਦ, ਤੇ ਤੇਰੀ ਲਵ ਮੈਰਿਜ ਦਾ ਹੋਜੂ ਪ੍ਰਬੰਧ, ਪੂਰੇ 51 ਦਿਨਾਂ ਬਾਅਦ ਪਾ ਕੇ ਚੂੜਾ ਮਹਿੰਗਾ 12 ਕਿਲੋ ਦਾ ਲਹਿੰਗਾ, ਮੈਰਿਜ ਪੈਲਸ ਦੀ ਸ਼ਗਨ ਵਾਲੀ ਕੁਰਸੀ ਤੇ ਬੈਠੀ ਝੂਟੇ ਲੈਂਦੀ ਹੋਏਗੀ, ਫਿਰ ਮੰਨੇਗੀ ਬਾਬਿਆਂ ਨੂੰ? ਅੱਛਾ ਬਾਬਾ ਜੀ, ਬਾਬਾ ਜੀ ਮੇਰੀ ਪੜ੍ਹਾਈ ਬਾਰੇ ਵੀ ਕੁਛ ਦੱਸੋ। ਇਹ ਕੰਮ ਵੀ ਤੇਰਾ ਹੋਜੂ ਚੇਲੀਏ, ਤੈਨੂੰ ਦੇਵਾਂਗੇ ਵਿਦਿਆ ਬੂਟੀ ਦੇ 101 ਪੱਤੇ, ਕਿਤਾਬ ਦੇ ਹਰੇਕ 21 ਪੰਨਿਆਂ ਬਾਅਦ 1-1 ਪੱਤਾ ਮੋਬਾਈਲ ਫੋਨ ਤੋਂ 7 ਵਾਰੀ ਵਾਰ ਕੇ ਕਿਤਾਬ 'ਚ ਰੱਖ ਲਈ, ਵਿਦਿਆ ਦੇਵੀ ਤੇਰਾ ਫੜੂਗੀ ਹੈਂਡ ਆਈਲੈਟ 'ਚੋਂ, ਦਵਾ ਦੀਏ 7.5 ਪੈਂਡ, ਵਿਦਿਆ ਬੂਟੀ ਦੇ 7 ਪੱਤਿਆਂ ਨੂੰ ਕੱਚੀ ਲੱਸੀ 'ਚ ਘੋਲ ਕੇ ਪੀ ਜਾ, ਘਰੇ ਆਊਗਾ ਬੀਜਾ ਪੂਰੇ 4 ਮਹੀਨੇ 11 ਦਿਨਾਂ ਬਾਅਦ ਆਸਟ੍ਰੇਲੀਆ ਤੋਂ ਫੋਨ ਕਰੇਂਗੀ ਬਾਬਿਆਂ ਨੂੰ? ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰੂੰਗੀ, ਮੈਂ ਤਾਂ ਧੰਨ ਹੋ ਗਈ ਧੰਨ, ਮੈਂ ਤਾਂ ਹੁਣੇ ਹੀ ਪੈਸੇ ਪਵਾ ਦਿੰਦੀ ਹਾਂ। ਜਾ ਸੰਤਾਂ ਦੀ ਜਿਉਂਦੀ ਰਹਿ ਚੇਲੀਏ, ਜੈ ਜੈ ਸ਼ਨੀਦੇਵ, ਬਾਬਿਆਂ ਦਾ ਨੰਬਰ ਕਰ ਲਾ ਸੇਵ, ਤੇਰੀਆਂ ਹੋਰ ਵੀ ਸਹੇਲੀਆਂ ਹੋਣਗੀਆਂ ਦੁੱਖਾਂ ਦੀਆਂ ਮਾਰੀਆਂ, ਉਹਨਾਂ ਨੂੰ ਕਰਾ ਕੇ ਤਿਆਰੀਆਂ, ਖੁੱਲ੍ਹਾ ਟਾਈਮ ਕੱਢ ਕੇ ਬਸ ਵੀਰਵਾਰ ਦਾ ਦਿਨ ਛੱਡ ਕੇ ਜਦੋਂ ਮਰਜ਼ੀ ਕਰਾ ਦੀ ਗੱਲ ਤੇ ਕੱਢ ਦਾਂਗੇ ਉਹਨਾਂ ਦੇ ਦੁੱਖਾਂ ਦਾ ਵੀ ਹੱਲ। ਬੋਲ ਜੈ ਸੰਤਾਂ ਦੀ। ਜੈ ਸੰਤਾਂ ਦੀ। ਉਹ ਉੱਚੀ ਬੋਲ ਜੈ ਸੰਤਾਂ ਦੀ। ਜੈ ਸੰਤਾਂ ਦੀ। ਮੰਨ ਗਈ ਨਾ ਬਾਬਿਆਂ ਨੂੰ? ਮੰਨ ਗਈ ਬਾਬਾ ਜੀ ਮੰਨ ਗਈ।